ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ ਅਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਏਵਨ ਪੰਜਾਬੀ ਟੀਵੀ ਵੱਲੋਂ ਆਪ ਸਭ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਦੋਸਤੋ, ਮੈਂ ਰੱਬ ਅੱਗੇ ਦੁਆ ਕਰਦਾ ਕਿ ਜਿੰਨੇ ਵੀ ਤਿਉਹਾਰ ਆਉਂਦੇ ਨੇ ਉਹ ਹਰ ਇੱਕ ਵਾਸਤੇ ਖੁਸ਼ੀਆਂ ਦਾ ਖੇੜਾ ਲੈ ਕੇ ਆਉਣ। ਕੋਰੋਨਾ ਅਤੇ ਹੋਰ ਮਹਾਂਬਿਮਾਰੀਆਂ ਜਿਹੜੀਆਂ ਅੱਜ ਕੱਲ੍ਹ ਚੱਲੀਆਂ ਹੋਈਆਂ ਨੇ ਉਹਨਾਂ ਤੋਂ ਛੁਟਕਾਰਾ ਦਵਾਉਣ। ਗੱਲ ਕਰਦੇ ਹਾਂ ਪੱਤਰਕਾਰਤਾ ਦੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੱਤਰਕਾਰਤਾ ਸਮਾਜ ਦਾ ਚੌਥਾ ਸਤੰਭ ਹੁੰਦਾ ਹੈ। ਇਸੇ ਹੀ ਪੱਤਰਕਾਰਤਾ ਦੇ ਵਿੱਚ ਬਹੁਤ ਸਾਰੇ ਅਜਿਹੇ ਇਮਾਨਦਾਰ ਪੱਤਰਕਾਰ ਨੇ ਜਿਨ੍ਹਾਂ ਦੀਆਂ ਅੱਜ ਵੀ ਉਦਾਹਰਨਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ। ਪੱਤਰਕਾਰ ਉਹ ਹੁੰਦੇ ਨੇ ਜੋ ਲੋਕਾਂ ਵਿੱਚ ਵਿਚਰਦੇ ਨੇ, ਜੋ ਸਮਾਜ ਦੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਨੇ। ਔਰ ਜੋ ਸਮਾਜ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਂਦਾ ਹੈ ਉਹਨਾਂ ਨੂੰ ਸਭ ਲੋਕ ਜਾਣਦੇ ਨੇ, ਉਹ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੁੰਦੇ। ਔਰ ਕੁਝ ਇੱਕ ਅਜਿਹੇ ਪੱਤਰਕਾਰ ਹੁੰਦੇ ਨੇ ਜਿਹੜੇ ਕਿ ਘਰਾਂ ਵਿੱਚ ਬੈਠੇ ਰਹਿੰਦੇ ਨੇ ਔਰ ਖਬਰਾਂ ਇੱਧਰੋਂ ਉੱਧਰੋਂ ਲੈ ਕੇ ਉਹ ਮਤਲਬ ਡੰਗ ਟਪਾਉਂਦੇ ਨੇ, ਔਰ ਜਦੋਂ ਕੋਈ ਦਿਨ ਤਿਉਹਾਰ ਆਉਂਦਾ ਹੈ ਤਾਂ ਫਿਰ ਉਹ ਜਾ ਕੇ ਮਾਰਕੀਟ ਦੇ ਵਿੱਚੋਂ ਇਸ਼ਤਿਹਾਰ ਦੀ ਮੰਗ ਕਰਦੇ ਨੇ। ਮੈਂ ਦੋਸਤੋ ਇੱਥੇ ਕਲੀਅਰ ਕਰਨਾ ਚਾਹੁੰਦਾ, ਇਸ਼ਤਿਹਾਰ ਮੰਗਣਾ ਪੱਤਰਕਾਰਾਂ ਦਾ ਹੱਕ ਹੈ, ਰਾਈਟ ਹੈ, ਕਿਉਂਕਿ ਅਦਾਰੇ ਨੂੰ ਵੀ ਇਹ ਕਿਸਮ ਦੀ ਮਦਦ ਮਿਲ ਜਾਂਦੀ ਹੈ। ਪਰ ਉਹ ਪੱਤਰਕਾਰ ਜਿਹੜੇ ਕਦੇ ਲੋਕਾਂ 'ਚ ਵਿਚਰੇ ਹੀ ਨਹੀਂ ਹੈ, ਜਿਨ੍ਹਾਂ ਨੂੰ ਲੋਕ ਜਾਣਦੇ ਹੀ ਨਹੀਂ ਹੈ, ਉਹਨਾਂ ਨੂੰ ਇਸ਼ਤਿਹਾਰ ਕਿਵੇਂ ਦੇ ਸਕਦੇ ਨੇ? ਫਿਰ ਉਹ ਕੀ ਕਰਦੇ ਹੈ, ਉਹ ਕਿਤੇ ਨਾ ਕਿਤੇ ਇਸ਼ਤਿਹਾਰ ਲੈਣ ਦੇ ਚੱਕਰ ਵਿੱਚ ਉਹ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਨੇ। ਪੱਤਰਕਾਰਤਾ ਇੱਕ ਅਜਿਹਾ ਇਮਾਨਦਾਰੀ ਵਾਲਾ ਕਿੱਤਾ ਹੈ, ਔਰ ਜੋ ਲੋਕ ਇਮਾਨਦਾਰੀ ਦੇ ਨਾਲ ਇਸ ਕਿੱਤੇ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਕਿਸੇ ਵੀ ਇਸ਼ਤਿਹਾਰ ਦੀ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ। ਔਰ ਜਿਨ੍ਹਾਂ ਲੋਕਾਂ 'ਚੋਂ ਵਿਚਰੇ ਹੁੰਦੇ ਨੇ ਉਹ ਖੁਦ ਉਹਨਾਂ ਨੂੰ ਆਵਾਜ਼ ਦੇ ਕੇ ਮਤਲਬ ਇਸ਼ਤਿਹਾਰ ਦਿੰਦੇ ਨੇ, ਔਰ ਜਿਹੜੇ ਕਦੇ ਵਿਚਰੇ ਨੇ ਉਹ ਫਿਰ ਬਲੈਕਮੇਲ ਕਰਨ 'ਤੇ ਆ ਜਾਂਦੇ ਨੇ। ਔਰ ਬਹੁਤ ਸਾਰੀਆਂ ਅਜਿਹੀਆਂ ਮਤਲਬ ਖਬਰਾਂ ਆਉਂਦੀਆਂ ਨੇ ਕਿ ਜਿਹੜੇ ਜਾਲੀ ਪੱਤਰਕਾਰ ਨੇ ਉਹ ਹੀ ਕਿਤੇ ਨਾ ਕਿਤੇ ਜਿਹੜੇ ਅਸਲ ਪੱਤਰਕਾਰ ਨੇ, ਜਿਹੜੇ ਇਮਾਨਦਾਰੀ ਦੇ ਨਾਲ ਪੱਤਰਕਾਰਤਾ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਰਸਤੇ ਦੇ ਵਿੱਚ ਉਹ ਜਾਲੀ ਪੱਤਰਕਾਰ ਹੀ ਮਤਲਬ ਕਿਤੇ ਨਾ ਕਿਤੇ ਪ੍ਰੋਬਲਮ ਜਿਹੜੀ ਹੈ ਉਹ ਖੜੀਆਂ ਕਰਦੇ। ਔਰ ਬਹੁਤ ਸਾਰੇ ਦੋਸਤ ਸੰਪਰਕ ਵੀ ਕਰਦੇ ਨੇ, ਉਹਨਾਂ ਨੂੰ ਇੱਕੋ ਹੀ ਗੱਲ ਕਹੀਦੀ ਹੈ ਕਿ ਜਿਹੜੇ ਲੋਕ ਬਲੈਕਮੇਲ ਕਰਕੇ ਮਤਲਬ ਤੁਹਾਡੇ ਤੋਂ ਇਸ਼ਤਿਹਾਰ ਦੀ ਮੰਗ ਕਰਦੇ ਨੇ, ਤੁਹਾਡੇ ਕੋਲ ਹੋਰ ਮੰਗ ਕਰਦੇ ਨੇ, ਤਾਂ ਤੁਸੀਂ ਕਮ ਸੇ ਕਮ ਕਾਨੂੰਨ ਦਾ ਸਹਾਰਾ ਲੈ ਸਕਦੇ ਹੋ। ਖੁਫੀਆ ਤੰਤਰ ਦੀ ਜੇ ਗੱਲ ਕਰੀਏ ਪੱਤਰਕਾਰ ਵੀਰੋ, ਖੁਫੀਆ ਤੰਤਰ ਬੜਾ ਸਤਰਕ ਹੋਇਆ ਪਿਆ ਹੈ, ਪਲ ਪਲ ਦੀ ਜਿਹੜੀ ਖਬਰ ਹੈ ਉਹਨਾਂ ਤੱਕ ਪਹੁੰਚ ਰਹੀ ਹੈ। ਸੋ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਆਪਾਂ ਅਜਿਹਾ ਕੁਝ ਵੀ ਨਾ ਕਰੀਏ ਜੋ ਸਾਡੇ ਇਸ ਇਮਾਨਦਾਰੀ ਵਾਲੇ ਕਿੱਤੇ 'ਤੇ ਕੋਈ ਉਂਗਲੀ ਚੱਕ ਸਕੇ। ਪੱਤਰਕਾਰ ਇਮਾਨਦਾਰੀ ਵਾਲਾ ਕਿੱਤਾ ਹੈ, ਪਰ ਕੁਛ ਇੱਕ ਪੱਤਰਕਾਰਾਂ ਕਰਕੇ ਕਿਤੇ ਨਾ ਕਿਤੇ ਅੱਜ ਇਹ ਇੱਕ ਦਾਇਰੇ ਵਿੱਚ ਵੱਜਦਾ ਜਾ ਰਿਹਾ ਹੈ, ਪਰ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਪੱਤਰਕਾਰਤਾ ਦੇ ਉੱਪਰ ਹੀ ਉਂਗਲੀ ਚੁੱਕ ਰਹੇ ਨੇ। ਬੜਾ ਸਾਫ਼ ਸੁਥਰਾ ਕਿੱਤਾ ਹੈ, ਔਰ ਇਸ ਸਾਫ਼ ਸੁਥਰੇ ਕਿੱਤੇ ਨੂੰ ਆਪਾਂ ਬਿਲਕੁਲ ਬਦਨਾਮ ਨਾ ਕਰੀਏ। ਉਮੀਦ ਹੈ ਆਪਾਂ ਇਸ ਨਿਊਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਢਾਲੀਏ। ਜੋ ਵੀ ਤਿਉਹਾਰ ਆਉਣਗੇ, ਦਿਵਾਲੀ ਹੈ, ਬੰਦੀ ਛੋੜ ਦਿਵਸ ਹੈ, ਜਾਂ ਹੋਰ ਵੀ ਬਹੁਤ ਸਾਰੇ ਤਿਉਹਾਰ ਆਉਣਗੇ, ਆਪਾਂ ਆਪਣੇ ਪਰਿਵਾਰ ਦੇ ਵਿੱਚ, ਯਾਰਾਂ ਦੋਸਤਾਂ ਦੇ ਵਿੱਚ ਮਿਲ ਕੇ ਉਸ ਨੂੰ ਖੁਸ਼ੀ ਖੁਸ਼ੀ ਸੈਲੀਬ੍ਰੇਟ ਕਰੀਏ। ਇੱਕ ਵਾਰੀ ਫਿਰ ਏਵਨ ਪੰਜਾਬੀ ਚੈਨਲ ਦੀ ਸਮੁੱਚੀ ਟੀਮ ਵੱਲੋਂ ਆਪ ਸਭ ਨੂੰ ਦਿਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਸਤਿ ਸ਼੍ਰੀ ਅਕਾਲ। ਫ੍ਰੀ ਲੀਫ ਆਯੁਰਵੈਦਿਕ ਆਇਲ, 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ।
ਫੀਰ ਰਿਲੀਫ ਪਾਵਰ। ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।